ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ 8ਵੀਂ ਜਮਾਤ ਦੇ ਪੰਜਾਬੀ ਪੈਸ ਟੈਸਟ ਜਿਹੜਾ ਕਿ 11 ਨਵੰਬਰ 2020 ਨੂੰ ਹੋਇਆ ਸੀ ਉਸ ਨੂੰ ਹੱਲ ਕਰਾਂਗੇ ਆਓ ਆਪਾਂ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਪੈਰਾ ਪੜ੍ਹ ਕੇ ਪ੍ਰਸ਼ਨਾਂ 1 ਤੋਂ 5 ਦੇ ਸਹੀ ਉੱਤਰਾਂ ਦੀ ਚੋਣ ਕਰਨੀ ਹੈਗੀ ਸਭ ਤੋਂ ਪਹਿਲਾਂ ਆਪਾਂ ਪੈਰਾ ਪੜ੍ਹਦੇ ਹਾਂਗੇ ਲੋੜੀ ਤੋਂ ਦੂਜੇ ਦਿਨ माघी ਵੀ ਇੱਕ ਨਾਲ ਲਗਵਾਂ ਤਿਹਾਰ ਹੁੰਦਾ ਹੈ ਮੇਰੇ ਪਿੰਡ ਦੇ ਲੋਕ ਪੋਦੇ ਮਹੀਨੇ ਕੋਈ ਵਿਆਹ ਸ਼ਾਦੀ ਨਹੀਂ ਕਰਦੇ ਅਖੇ ਇਹ ਠੰਡਾ ਮਹੀਨਾ ਹੈ ਇਸ ਕਰਕੇ ਇਸ ਮਹੀਨੇ ਦਾ ਹੀ ਨਹੀਂ ਸਗੋ ਸਾਰੇ ਸਾਲ ਦਾ ਵਿਆਹਾਂ ਦਾ ਸਾਹ ਮਾਗ ਵਿੱਚ ਕੱਢਿਆ ਜਾਂਦਾ ਹੈ ਮਾਗ ਦੇ ਮਹੀਨੇ ਪੁੰਨ दान ਕਰਨ ਨਾਲ ਕਹਿੰਦੇ ਨੇ ਬਹੁਤ ਫਲ ਮਿਲਦਾ ਹੈ ਤੇ ਕੰਨਿਆਦਾਨ ਨਾਲੋਂ ਹੋਰ दान ਵੀ ਕਿਹੜਾ ਵੱਡਾ ਹੋ ਸਕਦਾ ਹੈ ਇਸ ਲਈ ਬਹੁਤੇ ਵਿਆਹ ਮੁਕਲਾਵੇ ਤੇ ਮੰਗਣੇ ਇਸੇ ਮਹੀਨੇ ਕਿਤੇ ਜਾਂਦੇ ਹਨ ਜਿਨ੍ਹਾਂ ਦਾ ਆਰੰਭ ਮਾਗੀ ਵਾਲੇ ਦਿਨ ਤੋਂ ਹੋ ਜਾਂਦਾ ਹੈ ਮਾਗੀ ਦੀ ਸਵੇਰ ਤੀਰਥ ਇਸ਼ਨਾਨ ਕਰਨਾ ਮਹਾਨ ਪੁੰਨ ਹੈ ਇਸ ਲਈ ਬਹੁਤ ਸਾਰੇ ਪੁੰਨੀ ਧਰਮੀ ਪਹਿਰ ਦੇ ਤੜਕੇ ਦੂਰ ਦਰਾਡੇ ਇਸ਼ਨਾਨ ਕਰਕੇ ਜਲ ਮਿਲਿਆ ਪਰਮੇਸ਼ਰ ਮਿਲਿਆ ਤਨ ਕੀ ਗਈ ਬਲਾਈ ਦਾ ਜਾਪ ਕਰਦੇ ਰਜਾਈਆਂ ਵਿੱਚ ਆ ਵੜਦੇ ਹਨ ਮਾਗੀ ਵਾਲੇ ਦਿਨ ਮੁੰਡੇ ਕੁੜੀਆਂ ਨੂੰ ਨਹਾਉਣ ਦੀ ਪਿਰਤ ਪਾਉਣ ਲਈ ਕਈ ਕਿਸਮ ਦੇ ਲਾਲਚਾਂ ਦੇ ਝੋਗੇ ਖਿਲਾਰੇ ਜਾਂਦੇ ਹਨ ਅਕੇ ਜਿਹੜਾ ਮੁੰਡਾ ਕੁੜੀ ਪਹਿਰ ਦੇ ਤੜਕੇ ਨਹਾਵੇਗਾ ਉਸਦੇ ਵਾਲ ਸੋਨੇ ਦੇ ਹੋ ਜਾਣਗੇ ਜਿਹੜਾ ਪਉ ਫੁੱਟ ਦੀ ਨਾਲ ਨਹਾਵੇਗਾ ਉਸਦੇ ਚਾਂਦੀ ਦੇ ਸੋ ਆਪਾਂ ਪੜਾ ਪੈਰਾ ਪੜ ਲਿਆ ਹੁਣ ਆਪਾਂ ਇਹਦੇ ਅਗਲੇ 5 ਪ੍ਰਸ਼ਨ ਹੈਗੇ ਉਹਨਾਂ ਦੇ ਉੱਤਰ ਦੇਣੇ ਹੈਗੇ ਪਹਿਲਾ ਪ੍ਰਸ਼ਨ ਹੈ ਮਾਗੀ ਦਾ ਤਿਹਾਰ ਕਦੋਂ ਹੁੰਦਾ ਹੈ ਕਦੋਂ ਹੁੰਦਾਗਾ ਲੋੜੀ ਤੋਂ ਅਗਲੇ ਦਿਨ ਅਗਲਾ ਪ੍ਰਸ਼ਨ ਲੋਕ ਪੋ ਦੇ ਮਹੀਨੇ ਵਿਆਹ ਨਹੀਂ ਕਰਦੇ ਕਿਉਂ ਨਹੀਂ ਕਰਦੇ ਵੀ ਕਿਉਂਕਿ ਇਹ ਮਹੀਨਾ ਠੰਡਾ ਹੁੰਦਾ ਹੈਗਾ ਕਿਹੜੇ ਮਹੀਨੇ ਦਾਨ ਪੂਰਨ ਕਰਨ ਦਾ ਬਹੁਤਾ ਲਾਭ ਮਿਲਦਾ ਹੈਗਾ ਹਾਂਜੀ ਕਿਹੜਾ ਮਹੀਨਾ ਸੀ ਮਾਗ ਦਾ ਮਹੀਨਾ ਅਗਲਾ ਪ੍ਰਸ਼ਨ ਸਭ ਤੋਂ ਵੱਡਾ ਦਾਨ ਕਿਹੜਾ ਮੰਨਿਆ ਜਾਂਦਾ ਹੈ ਹਾਂਜੀ ਸਭ ਤੋਂ ਵੱਡਾ ਦਾਨ ਮੰਨਿਆ ਜਾਂਦਾ ਹੈਗਾ ਕੰਨਿਆ ਦਾਨ ਪੜ੍ਹ ਕੇ ਨਾ ਪੇਪਰ ਇਹਦੇ ਵਿੱਚ ਅਗਲਾ ਪ੍ਰਸ਼ਨ ਮਾਗੀ ਵਾਲੇ ਦਿਨ ਨਹਾਉਣ ਲਈ ਕੀ ਲਾਲਚ ਦਿੱਤੇ ਜਾਂਦੇ ਹਨ ਕੀ ਕਹਿੰਦਾ ਹੈਗਾ ਵੀ ਜਿਹੜੇ ਬਾਲ ਨੇ ਉਹ سونے ਦੇ ਹੋ ਜਾਣਗੇ ਠੀਕ ਹੈ ਇਸ ਤਰੀਕੇ ਨਾਲ ਸੀ ਜਿਹੜੇ 5 ਪ੍ਰਸ਼ਨ ਹੈਗੇ ਉਹ ਹੱਲ ਕਰ ਲਈ ਆਓ ਆਪਾਂ ਅੱਗੇ ਪੈਰਾ ਪੜ੍ਹ ਕੇ ਪ੍ਰਸ਼ਨ 6 ਤੋਂ 10 ਦੇ ਸਹੀ ਉੱਤਰਾਂ ਦੀ ਚੋਣ ਕਰੋ ਹੁਣ ਆਪਾਂ ਇਹ ਪੈਰਾ ਪੜ੍ਹਨਾ ਹੈਗਾ ਭਾਰਤ ਦੇ ਪੌਣ ਪਾਣੀ ਅਤੇ ਜਲਵਾਯੂ ਦੀ ਦੇਣ ਬਾਰੀ-ਬਾਰੀ ਆਉਣ ਵਾਲੀਆਂ ਰੁੱਤਾਂ ਹਨ ਇਨ੍ਹਾਂ ਵਿੱਚੋਂ ਬਸੰਤ ਰੁੱਤ ਸਭ ਤੋਂ ਉੱਤਮ ਤੇ ਰੁੱਤਾਂ ਦੀ ਰਾਣੀ ਹੈ। ਇਹ ਬਹੁਤ ਹੀ ਸੁਹਾਵਣੀ ਹੁੰਦੀ ਹੈ ਅਤੇ ਨਾ ਬਹੁਤੀ ਗਰਮ ਤੇ ਨਾ ਪਾਲਾ। ਇਸ ਸਮੇਂ ਨਮੀਆਂ ਕੁਰੰਬਲਾਂ, ਨਮੀਆਂ ਟਾਹਣੀਆਂ, ਨਵੇਂ ਪੱਤੇ ਅਤੇ ਫੁੱਲ ਖਿੜਦੇ ਹਨ। ਸਾਰੀ ਕੁਦਰਤ ਇੱਕ ਸਜ ਵਿਆਹੀ ਨਾਰ ਵਾਂਗ ਨਜ਼ਰ ਆਉਂਦੀ ਹੈ। ਹਰ ਪਾਸੇ ਵਨ ਸੁਵੰਨੇ ਫੁੱਲ, ਬਾਗਾਂ ਵਿੱਚ ਨਵੀਂ ਬਹਾਰ, ਕੋਇਲਾਂ ਦੀ ਮਿੱਠੀ ਕੂਕੂ ਮਨ ਅੰਦਰ ਇੱਕ ਨਵੀਂ ਰੂਹ ਫੂਕ ਦਿੰਦੀ ਹੈ। ਪੌਰੀ ਤਿਤਲੀਆਂ ਅਤੇ ਸ਼ਹਿਦ ਦੀਆਂ ਮੱਖੀਆਂ ਵਾਜ਼ੇ ਦੇ ਵਿੱਚ ਆ ਕੇ ਫੁੱਲਾਂ ਦਿਵਾਲੇ ਨੱਚਦੇ ਮੰਡਰਾਉਂਦੇ ਹਨ ਇੰਜ ਲੱਗਦਾ ਹੈ ਜਿਵੇਂ ਮੁਰਦਾ ਰੂਹਾਂ ਮੁੜ ਸਰਜੀਤ ਹੋ ਉਠੀਆਂ ਹੋਣ ਲੋਕ ਖੁਸ਼ੀ ਵਿੱਚ ਆ ਕੇ ਸੁਭਾਅਕ ਹੀ ਲੋਕ ਗੀਤ ਗਾਉਂਦੇ ਹਨ ਜਿਨ੍ਹਾਂ ਵਿੱਚ ਇਸ ਰੁੱਤ ਦੀ ਮਹਿਮਾ ਨੂੰ ਵਡਿਆਇਆ ਹੁੰਦਾ ਹੈ ਇਸ ਰੁੱਤ ਦਾ ਪ੍ਰਭਾਵ ਸਾਡੇ ਗੁਰੂਆਂ ਪੀਰਾਂ ਕਵੀਆਂ ਤੇ ਸਾਹਿਤਕਾਰਾਂ ਨੇ ਵੀ ਕਬੂਲਿਆ ਹੈ ਹਰ ਇੱਕ ਨੇ ਬਸੰਤ ਰੁੱਤ ਦੀ ਸੁੰਦਰਤਾ ਦੀ ਮਹਿਮਾ ਗਾਈ ਹੈ ਅਤੇ ਮਨ ਦੀਆਂ ਉਮੰਗਾਂ ਨੂੰ ਕਵਿਤਾਵਾਂ ਰਾਹੀਂ ਬਿਆਨਿਆ ਹੈ। ਹੁਣ ਅਸੀਂ ਜੋ ਪੈਰਾ ਪੜ੍ਹੇਗਾ ਇਹਦੇ ਵਿੱਚੋਂ 6 ਤੋਂ 10 ਤੱਕ ਦੇ ਨੇ ਪ੍ਰਸ਼ਨ ਹੈਗੇ ਉਹਨਾਂ ਦੇ ਉੱਤਰ ਦੇਣੇ ਹੈਗੇ। ਉਮੀਦ ਹੈ ਤੁਸੀਂ ਸਹੀ ਉੱਤਰ ਲਾਏ ਹੋਣਗੇ। ਆਓ। ਆਪਾਂ ਦੇਖੀਏ। ਭਾਰਤ ਵਿੱਚ ਰੁੱਤਾਂ ਦੀ ਰਾਣੀ ਕਿਹੜੀ ਰੁੱਤ ਹੈ? ਹਾਂਜੀ ਗੁੱਡ। ਬਸੰਤ ਰੁੱਤ। ਬਾਗਾਂ ਵਿੱਚ ਕਿਸ ਦੀ ਮਿੱਠੀ ਆਵਾਜ਼ ਸੁਣਾਈ ਦਿੰਦੀ ਹੈ? ਕੋਈ ਲਾਂਦੀ ਬਸੰਤ ਰੁੱਤ ਸਮੇ ਕੁਦਰਤ ਕਿਸ ਦੀ ਤਰ੍ਹਾਂ ਨਜ਼ਰ ਆਉਂਦੀ ਹੈ ਹਾਂਜੀ ਸ਼ਾਬਾਸ਼ ਸੱਜ ਵਿਆਹੀ ਨਾਰਬੰਦ ਅਗਲਾ ਪ੍ਰਸ਼ਨ ਬਸੰਤ ਦੀ ਮਹਿਮਾ ਦੀ ਵਡਿਆਈ ਕਿੱਥੇ ਕੀਤੀ ਗਈ ਹੈ ਕਿੱਥੇ ਕੀਤੀ ਗਈ ਹੈਗੀ ਲੋਕ ਗੀਤਾਂ ਦੇ ਵਿੱਚ ਪ੍ਰਸ਼ਨ ਨੰਬਰ 10 ਬਸੰਤ ਰੁੱਤ ਦਾ ਪ੍ਰਭਾਵ ਕਿਸ-ਕਿਸ ਨੇ ਕਬੂਲਿਆ ਹੈ ਗੁਰੂਆਂ ਤੇ ਪੀਰਾਂ ਨੇ ਕਵੀਆਂ ਨੇ ਸਾਹਿਤਕਾਰਾਂ ਨੇ ਤਾਂ ਉਪਰੋਕਤ ਸਾਰਿਆਂ ਨੇ ਇਹ ਜੋ ਤਿੰਨੇ ਹੈਗੇ ਇਹਨਾਂ ਨੇ ਬਸੰਤ ਰੁੱਤ ਦਾ ਪ੍ਰਭਾਵ ਕਬੂਲਿਆ ਹੈ ਹਾਂਜੀ ਹੁਣ ਅਗੇ ਆਪਣੀ ਵਿਆਕਰਨ ਦੀ ਸਮਝ ਅਨੁਸਾਰ ਹੇਠ ਦਿੱਤੇ ਪ੍ਰਸ਼ਨਾਂ 11 ਤੋਂ 20 ਦੇ ਸਹੀ ਉੱਤਰ ਦੀ ਚੋਣ ਕਰੋ ਹੁਣ ਅਸੀਂ 11 ਤੋਂ ਜੋ 20 ਤੱਕ ਪ੍ਰਸ਼ਨ ਹੈ ਤੁਹਾਡੇ ਉਹ ਵਿਆਕਰਨ ਨਾਲ ਸੰਬੰਧਿਤ ਹੈਗੇ ਤਾਂ ਪਹਿਲਾ ਪ੍ਰਸ਼ਨ ਨੰਬਰ 11 ਹੈ ਕਿਹੜਾ ਸ਼ਬਦ ਭਾਵਵਾਚਕ ਨਾਮ ਹੈ ਸਤਲੁਜ ਲੜਕੀ ਸਚਾਈ ਟੋਕਰੀ ਤਾਂ ਭਾਵਨਾਂਨ ਨਾਲ ਸੰਬੰਧਿਤ ਕਿਹੜਾ ਹੈਗਾ ਵੀ ਸਚਾਈ ਸਚਾਈ ਭਾਵ ਵਾਚਕ ਨਾਮ ਹੈ ਪ੍ਰਸ਼ਨ ਨੰਬਰ 12 ਖੁਰਪਾ ਦਾ ਸਮਾਨਾਰਥਕ ਸ਼ਬਦ ਚੁਣੋ ਕਹੀ ਕੁਹਾੜਾ ਰੰਬਾ ਹਥੌੜਾ ਤਾਂ ਖੁਰਪੇ ਲਈ ਹੋਰ ਸ਼ਬਦ ਕਿਹੜਾ ਵਰਤੇ ਜਾਂਦਾ ਹੈਗਾ ਰੰਬਾ ਪ੍ਰਸ਼ਨ ਨੰਬਰ 13 ਕੀ ਮੈਂ ਸਕੂਲ ਜਾਵਾਂਗਾ ਇਸ ਵਾਕ ਦੇ ਅੰਤ ਵਿੱਚ ਕਿਹੜਾ ਵਿਰਾਮ ਚਿੰਨ ਆਵੇਗਾ ਦੇਖੋ ਕੀ ਕਹਰੇਗਾ ਕੀ ਮੈਂ ਸਕੂਲ ਜਾਵਾਂਗਾ ਇਹਦਾ ਮਤਲਬ ਕੀ ਪੁੱਛ ਰਿਹਾ ਹੈਗਾ ਪ੍ਰਸ਼ਨ ਪੁੱਛ ਰਿਹਾ ਹੈਗਾ ਅਖੀਰ ਦੇ ਵਿੱਚ ਕਿਹੜਾ ਚਿੰਨ੍ਹ ਆਵੇਗਾ ਪ੍ਰਸ਼ਨ ਚਿੰਨ੍ਹ ਆਵੇਗਾ ਪ੍ਰਸ਼ਨ ਨੰਬਰ 14 ਅਖਬਾਰ ਵਿੱਚ ਕਿਸ ਪ੍ਰਕਾਰ ਦੀ ਭਾਸ਼ਾ ਦੀ ਵਰਤੋਂ ਹੁੰਦੀ ਹੈ ਉਪਭਾਸ਼ਾ ਸਾਇਤਿਕ ਜਾਂ ਟਕਸਾਲੀ ਭਾਸ਼ਾ ਮੌਖਿਕ ਭਾਸ਼ਾ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਤਾਂ ਕਿਹੜੀ ਭਾਸ਼ਾ ਆਏਗੀ ਸਾਇਤਿਕ ਜਾਂ ਟਕਸਾਲੀ ਕਿਤਾਬਾਂ ਤੇ ਅਖਬਾਰ ਲਿਖਣ ਦੇ ਲਈ ਜਿਹੜੀ ਭਾਸ਼ਾ ਵਰਤੀ ਜਾਂਦੀ ਹੈ ਉਹ ਕਿਹੜੀ ਹੁੰਦੀ ਹੈਗੀ ਸਾਇਤਿਕ ਜਾਂ ਟਕਸਾਲੀ ਭਾਸ਼ਾ ਪ੍ਰਸ਼ਨ ਨੰਬਰ 15 ਬੱਚਾ ਕਿਤਾਬ ਪੜਦਾ ਹੈ ਵਾਕ ਵਿੱਚੋਂ ਕਿਰਿਆ ਸ਼ਬਦ ਚੁਣੋ ਬੱਚਾ ਪੜਦਾ ਹੈ ਕਿਤਾਬ ਇਹਨਾਂ ਵਿੱਚੋਂ ਕੋਈ ਨਹੀਂ ਦੇਖੋ ਕੀ ਕੰਮ ਕਰ ਰਿਹਾ ਵੀ ਉਹ ਉਹ ਪੜ ਰਿਹਾ ਹੈ ਇਹਦਾ ਮਤਲਬ ਕਿਰਿਆ ਕੀ ਹੈਗੀ ਪੜਦਾ ਹੈ ਪ੍ਰਸ਼ਨ ਨੰਬਰ 16 ਮੈਂ ਸੂਰਜ ਦੀ ਬੇਟੀ ਰਾਣੀ ਇਸ ਵਾਕ ਵਿੱਚ ਮੈਂ ਸ਼ਬਦ ਕੀ ਹੈ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਤਾਂ ਮੈਂ ਸ਼ਬਦ ਕੀ ਹੈ ਇੱਥੇ ਪੜਨਾਵਾਂਗਾ ਪ੍ਰਸ਼ਨ ਨੰਬਰ 17 ਪਿੰਡ ਪੱਧਰ ਉੱਤੇ ਚੱਲ ਰਹੀਆਂ ਭਲਾਈ ਸਕੀਮਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਕਿਸ ਨੂੰ ਬਿਨੇ ਪੱਤਰ ਲਿਖੋਗੇ ਹਾਂਜੀ ਤਾਂ ਕਿਸ ਨੂੰ ਅਸੀਂ ਬਿਨੇ ਪੱਤਰ ਲਿਖਾਂਗੇ ਪੰਚਾਇਤ ਵਿਭਾਗ ਨੂੰ ਸਿੱਖਿਆ ਵਿਭਾਗ ਨੂੰ ਡਾਕ ਵਿਭਾਗ ਨੂੰ ਜਾਂ ਫਿਰ ਪੁਲਿਸ ਵਿਭਾਗ ਨੂੰ ਹਾਂਜੀ ਕਿਹਨੂੰ ਪੱਤਰ ਲਿਖਾਂਗੇ ਆਪਾਂ ਪੰਚਾਇਤ ਵਿਭਾਗ ਨੂੰ ਕਿਉਂਕਿ ਪੰਚਾਇਤ ਨੂੰ ਨਹੀਂ ਪਤਾ ਹੋਏਗਾ ਨਾ ਪਿੰਡ ਦੇ ਵਿੱਚ ਕੀ ਕੀ ਚੱਲ ਰਿਹਾ ਹੈਗਾ ਪ੍ਰਸ਼ਨ ਨੰਬਰ 18 ਜਿਹੜਾ ਕਦੇ ਨਾ ਥੱਕੇ ਉਸ ਨੂੰ ਕੀ ਕਹਿੰਦੇ ਹਨ ਅਨਤਕ ਨਾਸਤਕ ਢੀਠ ਅਟੁੱਟ ਜਿਹੜਾ ਕਦੇ ਨਾ ਥੱਕੇ ਨੂੰ ਕੀ ਕਹਿੰਦੇ ਨੇ ਅਨਤਕ ਨਾ ਥੱਕਣ ਵਾਲਾ ਪ੍ਰਸ਼ਨ ਨੰਬਰ 19 ਇੱਟ ਨਾਲ ਇੱਟ ਖੜਕਾਉਣਾ ਹੇਠ ਦਿੱਤੇਆਂ ਵਿੱਚੋਂ ਕੀ ਹੈ ਹਾਂਜੀ ਕੀ ਹੈਗਾ ਇਹ ਵਾਕ ਅੰਸ਼ ਹੈ ਮੁਹਾਵਰਾ ਉਪਵਾਕ ਹੈ ਜਾਂ ਅਖਾਣ ਹੈ ਹਾਂਜੀ ਕੀ ਹੈਗਾ ਇਹ ਮੁਹਾਵਰਾਗਾ ਇਟ ਨਾਲ ਇਟ ਠਕੜਕਾਉਣਾ ਪ੍ਰਸ਼ਨ ਨੰਬਰ 20 ਜੇਕਰ ਮੁੰਡੇ ਦਾ ਇਸਤਰੀ ਲਿੰਗ ਕੁੜੀ ਹੈ ਠੀਕ ਹੈ ਮੁੰਡੇ ਨੂੰ ਆਪਾਂ ਕੁੜੀ ਕਹਿੰਦਾ ਤਾਂ ਗੱਭਰੂ ਨੂੰ ਅਸੀਂ ਕੀ ਕਵਾਂਗੇ ਮਟਿਆਰ ਜਨਾਨੀ ਤੀਵੀ ਜਾਂ ਔਰਤ ਤਾਂ ਗੱਭਰੂ ਨੂੰ ਕੀ ਕਵਾਂਗੇ ਮਟਿਆਰ ਤਾਂ ਇਹਦੇ ਲਈ ਜਿਹੜੀ ਪਹਿਲੀ ਆਪਸ਼ਨ ਹੈ ਸਾਡੀ ਸਹੀ ਆ ਜੇਗੀ ਠੀਕ ਹੈ ਇਸ ਤਰੀਕੇ ਨਾਲ ਅਸੀਂ ਤੁਹਾਡੇ ਪੰਜਾਬੀ ਦੇ ਜਿਹੜੇ ਟੈਸਟ ਸੀ ਉਹਦੇ 20 ਕੁਐਸਚਨ ਹੱਲ ਕਰ ਲਈ ਮੇਨੂੰ ਉਮੀਦ ਹੈ ਵੀ ਤੁਹਾਡੇ ਜਿਹੜੇ ਜ਼ਿਆਦਾਤਰ ਜਿਹੜੇ ਕੁਐਸਚਨ ਹੈ ਉਹ ਸਾਰੇ ਸਹੀ ਹੋਣਗੇ ਠੀਕ ਹੈ ਬਾਅਦ ਦੇ ਵਿੱਚ ਤੁਹਾਡੇ ਜਿਹੜੇ ਅੰਤ ਹੈਗੇ ਤੁਹਾਡੇ ਅਧਿਆਪਕ ਸਬਾਨ ਸਹਿਬਾਨ ਦੁਆਰਾ ਤੁਹਾਨੂੰ ਦੱਸ ਦਿੱਤੇ ਜਾਣਗੇ ਠੀਕ ਹੈ ਜੀ ਓਕੇ ਜੀ ਧੰਨਵਾਦ